ਕਹਿਣਾ ਚਾਹੋਗੇ ਪੰਜਾਬ ਬਾਰੇ ਹੁਣ ਕੁਛ? ਦੇਖੋ ਪੰਜਾਬ ਬਾਰੇ ਜਿਹੜਾ ਮੈਂ ਹਾਲਾਤ ਦੇਖ ਕੇ ਆਇਆ ਅੱਜ ਪੰਜਾਬ ਦੇ ਵਿੱਚੋਂ ਬੜੀ ਵੱਡੀ ਗਿਣਤੀ ਦੇ ਵਿੱਚ ਮੈਂ ਉੱਥੇ ਸਟੂਡੈਂਟਸ ਨੂੰ ਮਿਲ ਕੇ ਆਇਆ, ਖਾਸ ਤੌਰ 'ਤੇ ਜਿਹੜਾ ਪੰਜਾਬ ਦੇ ਚੰਗੇ ਦਿਮਾਗ ਨੇ, ਜਿਹੜੇ ਜਿਨ੍ਹਾਂ ਨੇ ਇੱਥੇ ਦੇਸ਼ ਦੀ ਤਰੱਕੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਣਾ ਹੈ, ਉਹ ਅੱਜ ਸਾਰੇ ਇੱਥੋਂ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਦੀ ਧਰਤੀ 'ਤੇ ਮੂਵ ਹੋ ਰਹੇ ਨੇ। ਇੱਕ ਤਰ੍ਹਾਂ ਦੀ ਇੱਕ ਜਿਹੜੀ ਹਿਜਰਤ ਹੈਗੀ ਹੈ ਉਹ ਸਾਡੀ ਇਸ ਧਰਤੀ ਤੋਂ, ਇੰਡੀਆ ਦੀ ਧਰਤੀ ਤੋਂ, ਪੰਜਾਬ ਦੀ ਧਰਤੀ ਤੋਂ ਵਿਦੇਸ਼ਾਂ ਨੂੰ ਹੋ ਰਹੀ ਹੈ, ਔਰ ਜਿਹਦੇ ਬਾਰੇ ਬੜਾ ਸੋਚਣ ਦੀ ਲੋੜ ਹੈ ਸਾਡੇ ਲੀਡਰਾਂ ਨੂੰ। ਮੈਂ ਥੋੜ੍ਹਾ ਜਿਹਾ ਦੁੱਖ ਵੀ ਹੁੰਦਾ ਇਸ ਗੱਲ 'ਤੇ ਕਿ ਅਜੇ ਤੱਕ ਕਿਸੇ ਵੀ ਲੀਡਰ ਨੇ, ਕਿਸੇ ਵੀ ਸਰਕਾਰ ਨੇ ਇਹ ਸੋਚ ਨਹੀਂ ਲਿਆਂਦੀ ਕਿੱਥੋਂ ਦਾ ਨੌਜਵਾਨ ਆਪਣੀ ਧਰਤੀ ਨੂੰ ਛੱਡ ਕੇ, ਆਪਣੇ ਪਿੰਡ ਨੂੰ ਛੱਡ ਕੇ ਕਿਉਂ ਵਿਦੇਸ਼ਾਂ ਦੀ ਧਰਤੀ 'ਤੇ ਜਾ ਰਿਹਾ। ਕੀ ਕਾਰਨ ਹੈ ਕਿ ਅੱਜ ਉਹ ਪੜ੍ਹਿਆ ਲਿਖਿਆ ਇੱਕ ਚੰਗੇ ਜਿਹੜੇ ਦਿਮਾਗ, ਰੋਸ਼ਨ ਦਿਮਾਗ ਜਿਹੜੇ ਨੇ ਉਹੀ ਜਾ ਕੇ ਉੱਥੇ ਸੈੱਟ ਹੁੰਦੇ ਨੇ, ਔਰ ਇਹਦੇ ਬਾਰੇ ਬਹੁਤ ਘੋਖ ਕਰਨ ਦੀ ਲੋੜ ਹੈ। ਜੇਕਰ ਸਾਡਾ ਨੌਜਵਾਨ ਉੱਥੇ ਜਾ ਕੇ ਉਹਨਾਂ ਦੇਸ਼ਾਂ ਦੀ, ਮੁਲਕਾਂ ਦੀ ਤਰੱਕੀ ਦੇ ਵਿੱਚ ਯੋਗਦਾਨ ਪਾ ਸਕਦਾ ਹੈ, ਅਤੇ ਕੀ ਉਹ ਜਿਹੜੇ ਚੰਗੇ ਦਿਮਾਗ ਨੇ ਅਸੀਂ ਇੱਥੇ ਪੰਜਾਬ ਦੀ ਧਰਤੀ 'ਤੇ ਨਹੀਂ ਵਰਤ ਸਕਦੇ? ਕੀ ਉੱਦਾਂ ਦੀਆਂ ਪੋਲਿਸੀਆਂ, ਉੱਦਾਂ ਦੀਆਂ ਨੀਤੀਆਂ, ਉੱਦਾਂ ਦਾ ਸਿਸਟਮ ਕਿ ਅਸੀਂ ਆਪਣੇ ਇੱਥੇ ਦੇਸ਼ ਦੇ ਵਿੱਚ ਨਹੀਂ ਲਿਆ ਸਕਦੇ? ਜਿਹਦੇ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਥੋੜ੍ਹਾ ਜਿਹਾ ਦੁੱਖ ਵੀ ਹੁੰਦਾ, ਔਰ ਉੱਥੇ ਮੈਂ ਵਿਦਿਆਰਥੀਆਂ ਦੇ ਨਾਲ ਬਹੁਤ ਮੀਟਿੰਗਾਂ ਕੀਤੀਆਂ, ਮਿਲਿਆ। ਬੇਸ਼ੱਕ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬੜੀ ਵੱਡੀ ਸਟਰਗਲ ਹੈ, ਬਹੁਤ ਸਟਰਗਲ ਦੇ ਦੌਰ ਦੇ ਵਿੱਚੋਂ ਗੁਜ਼ਰੇ ਨੇ, ਪਰ ਇੱਕ ਇੱਥੋਂ ਸਰਕਾਰਾਂ ਦੇ ਨਾਂ ਸਾਂਭਣ ਕਰਕੇ ਅੱਜ ਸਾਡਾ ਜਿਹੜਾ ਨੌਜਵਾਨ, ਸਾਡੇ ਜਿਹੜੇ ਬੱਚੇ ਹੈਗੇ ਨੇ ਉਹ ਵਿਦੇਸ਼ਾਂ ਦੇ ਵਿੱਚ ਜਾਣ ਨੂੰ ਮਜਬੂਰ ਨੇ। ਅੱਜ ਸਾਡੇ ਵਰਗੇ ਲੋਕ ਵੀ ਜਿਹੜੇ ਹੈਗੇ ਨੇ ਉਹ ਵੀ ਸੋਚਦੇ ਕਿ ਸਾਡੇ ਬੱਚਿਆਂ ਦਾ ਭਵਿੱਖ ਇੱਥੇ ਨਹੀਂ, ਬਾਹਰਲੇ ਮੁਲਕਾਂ ਦੇ ਵਿੱਚ ਸੁਰੱਖਿਅਤ ਹੈ, ਜਦੋਂ ਕਿ ਇੱਥੇ ਸਾਰਾ ਕੁਝ ਹੋਣ ਦੇ ਬਾਵਜੂਦ ਵੀ, ਕਿਉਂਕਿ ਅੱਜ ਸਾਡੇ ਜਿਹੜਾ ਸਿਸਟਮ ਹੈਗਾ ਉਹ ਦਿਨ ਦਿਨ ਵਿਗੜ ਰਿਹਾ ਹੈ। ਕਿੱਦਾਂ ਦੇ ਹਾਲਾਤ ਸਾਡੇ ਆਮ ਲੋਕਾਂ ਦੇ ਜਨ ਜੀਵਨ 'ਤੇ ਜਿਹੜੇ ਹੈਗੇ ਨੇ ਉਹ ਬਣ ਰਹੇ ਨੇ, ਉਹਦੇ ਬਾਰੇ ਸੋਚਣ ਦੀ ਲੋੜ ਹੈ ਬਹੁਤ ਜ਼ਿਆਦਾ। ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ। ਇੰਡੀਆ ਪਹੁੰਚੇ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਇੱਥੇ? ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦਾ ਮੇਰੇ ਵੀਰ ਨਾਗਪਾਲ ਜੀ ਦਾ, ਨੱਖੜ ਜੀ ਦਾ, ਹੀਰਾ ਸਾਹਿਬ ਦਾ, ਸਾਰੇ ਸਾਥੀਆਂ ਦਾ, ਜਿਨ੍ਹਾਂ ਨੇ ਬਹੁਤ ਜ਼ਿਆਦਾ ਪਿਆਰ ਅਤੇ ਸਤਿਕਾਰ ਇੰਡੀਆ ਪਹੁੰਚਣ 'ਤੇ ਦਿੱਤਾ। ਔਰ ਆਪਣਾ ਦੇਸ਼ ਹੀ ਹੁੰਦਾ, ਚਾਹੇ ਜਿੱਥੇ ਮਰਜ਼ੀ ਚਲੇ ਜਾਈਏ, ਆਪਣੀ ਮਿੱਟੀ ਜਿਹੜੀ ਹੈਗੀ ਆ, ਉਹਦਾ ਮੋਹ ਜਿਹੜਾ, ਉਹਦਾ ਪਿਆਰ ਹੈਗਾ, ਉਹ ਕਦੇ ਵੀ ਨਹੀਂ ਜਾ ਸਕਦਾ। ਮੈਂ ਬੇਸ਼ੱਕ 3.5-3 ਮਹੀਨੇ ਦੇ ਕਰੀਬ ਕੈਨੇਡਾ ਦੀ ਧਰਤੀ 'ਤੇ ਲਾ ਕੇ ਆਇਆ, ਬਹੁਤ ਕੁਝ ਉਹਨਾਂ ਮੁਲਕਾਂ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਹੈ ਜਿਹੜਾ ਇੱਥੇ ਅਜੇ ਸਾਨੂੰ ਲੋੜ ਹੈ ਕਰਨ ਦੀ। ਬਹੁਤ ਉਹ ਲੋਕ ਸਾਡੇ ਤੋਂ ਕਈਆਂ ਗੱਲਾਂ ਦੇ ਵਿੱਚ ਅੱਗੇ ਨੇ, ਪਰ ਜਿਹੜਾ ਆਪਣੇ ਦੇਸ਼ ਦਾ, ਆਪਣੇ ਲੋਕਾਂ ਦਾ ਜਿਹੜਾ ਪਿਆਰ ਮੁਹੱਬਤ ਹੈਗਾ ਉਹ ਕਿਸੇ ਵੀ ਹੋਰ ਜਾ ਕੇ ਸਾਨੂੰ ਮਿਲ ਨਹੀਂ ਸਕਦਾ। ਬੇਸ਼ੱਕ ਉੱਥੇ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਸਤਿਕਾਰ ਦਿੱਤਾ, ਨਾਗਪਾਲ ਜੀ ਵੀ ਪਿੱਛੇ ਜਦੋਂ ਕੈਨੇਡਾ ਗਏ ਸੀ ਤਾਂ ਇਹਨਾਂ ਨੂੰ ਉੱਥੋਂ ਦੇ ਲੋਕਾਂ ਨੇ ਬਹੁਤ ਜ਼ਿਆਦਾ ਮਾਣ ਸਤਿਕਾਰ, ਬਹੁਤ ਪਿਆਰ ਦਿੱਤਾ ਸੀਗਾ। ਪਰ ਜੋ ਆਪਣੀ ਧਰਤੀ ਹੈ, ਆਪਣਾ ਆਪਣੀ ਮਿੱਟੀ ਹੈ, ਆਪਣਾ ਪੰਜਾਬ ਜਿਹੜਾ ਹੈਗਾ ਉਹਦਾ ਜਿਹੜਾ ਪਿਆਰ ਹੈਗਾ ਉਹ ਵੱਖਰੀ ਹੈਗਾ।